ਹਾਂਜੀ ਸਤਿ ਸ੍ਰੀ ਅਕਾਲ ਜੀ ਅੱਜ ਦਾ ਮੇਰਾ ਟੌਪਿਕ ਸਟੱਡੀ ਇਨ ਫਿਨਲੈਂਡ ਜਿੰਨੇ ਸਟੂਡੈਂਟ ਨੇ ਫਿਨਲੈਂਡ ਦੇ ਵਿੱਚ ਸਟੱਡੀ ਵੀਜ਼ੇ ਦੇ ਲਈ ਫਾਈਲ ਅਪਲਾਈ ਕਰਨੀ ਹੈ ਸਪਟੰਬਰ ਅਨਟੇਕ 2024 ਦੇ ਲਈ ਸੋ ਤੁਸੀਂ ਬੈਚਲਰ ਦੇ ਲਈ ਅਪਲਾਈ ਕਰਨੀ ਹੈ ਜਾਂ ਫਾਈਲ ਆਪਣੀ ਮਾਸਟਰ ਦੇ ਲਈ ਅਪਲਾਈ ਕਰਨੀ ਹੈ ਕੀ ਰਿਕੁਆਇਰਮੈਂਟ ਹੈ ਐਂਡ ਕਿਵੇਂ ਆਪਾਂ ਅਪਲਾਈ ਕਰ ਸਕਦੇ ਹਾਂ ਇਸ ਵੀਡੀਓ ਦੇ ਥਰੂ ਮੈਂ ਹਰ ਇੱਕ ਚੀਜ਼ ਐਕਸਪਲੇਨ ਕਰੂੰਗਾ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਇਹ ਗੱਲ ਦੱਸਦਾ ਕਿ ਜਦੋਂ ਆਪਾਂ ਅਪਲਾਈ ਕਰਦੇ ਹਾਂ ਕਿਸੇ ਵੀ ਯੂਨੀਵਰਸਿਟੀ ਦੇ ਵਿੱਚ ਆਪਾਂ ਨੂੰ ਇਹ ਚੈੱਕ ਕਰਨਾ ਪਊਗਾ ਕਿ ਇਸ ਯੂਨੀਵਰਸਿਟੀ ਦੇ ਵਿੱਚ ਜਿਹੜੀ ਸਿਲੈਕਸ਼ਨ ਹੁੰਦੀ ਹੈ ਉਹ ਯੂਈਐਸ ਦਾ ਐਗਜ਼ਾਮ ਹੁੰਦਾ ਜਿਵੇਂ ਕਿ ਉਹ ਯੂਨੀਵਰਸਿਟੀ ਦੇ ਵਿੱਚ ਯੂਈਐਸ ਦੇ ਐਗਜ਼ਾਮ ਥਰੂ ਸਿਲੈਕਸ਼ਨ ਹੋਊਗੀ ਜਾਂ ਸੈਟ ਬੀਸਟ ਸੈਟ ਦਾ ਐਗਜ਼ਾਮ ਹੁੰਦਾ ਜਾਂ ਸੈਟ ਬੀਸਟ ਸਿਲੈਕਸ਼ਨ ਹੋਊਗੀ ਜਾਂ ਸਰਟੀਫਿਕੇਟ ਬੇਸਡ ਸਿਲੈਕਸ਼ਨ ਹੋਊ। ਸੋ ਇਹ ਚੀਜ਼ਾਂ ਜ਼ਰੂਰੀ ਆ। ਹੁ ਜਿਵੇਂ ਕਿ ਮੈਂ ਗੱਲ ਕਰੂੰਗਾ ਬੀਐਮਕ ਬੀ ਬੈਨ ਵਾਲੀ ਬੀਏਐਮਕ ਬੀਐਮਕ ਯੂਨੀਵਰਸਿਟੀ ਯੂਨੀਵਰਸਿਟੀ ਆਫ ਅਪਲਾਈਡ ਸਾਇੰਸ ਇਸ ਯੂਨੀਵਰਸਿਟੀ ਦੇ ਵਿੱਚ ਜਿਵੇਂ ਕਿ ਤੁਸੀਂ ਦੇਖਣ ਨੂੰ ਸਭ ਤੋਂ ਪਹਿਲਾਂ ਮਿਲਣਗੇ ਬੈਚਲਰ ਦੇ ਦੋ ਕੋਰਸ। ਇੱਕ ਕੋਰਸ ਦਾ ਨੇਮ ਹੈ ਇਨਫੋਰਮੇਸ਼ਨ ਟੈਕਨੋਲੋਜੀ ਬੈਚਲਰ ਆਫ ਇੰਜੀਨੀਅਰਿੰਗ ਇਨਫੋਰਮੇਸ਼ਨ देखो नाम पता दे तो पता लगदा इंफॉरमेशन टेक्नोलॉजी जिम्मे के कंप्यूटर ਦੇ ਰਿਲੇਟਡ ਹੈ ਸਾਰੀ ਇਹ ਜਿਹੜੀ ਕਿ ਇੰਜੀਨੀਅਰਿੰਗ ਜਿम्मे ਕਹਦੇ ਨੇ ਬੀਟੈਕ ਆਪਾ ਆਈਟੀ ਦੀ ਕਰਨੀ ਹੈ ਜਾਂ ਕੰਪਿਊਟਰ ਦੀ ਬੀਟੈਕ ਕਰਨੀ ਹੈ ਸੋ ਇਸ ਟਾਈਪ ਦਾ ਕੋਰਸ ਹੈ ਦੂਸਰਾ ਹੈ ਕਿ ਇੰਟਰਨੈਸ਼ਨਲ ਇੰਟਰਨੈਸ਼ਨਲ ਬਿਜ਼ਨਸ ਇੰਟਰਨੈਸ਼ਨਲ ਬਿਜ਼ਨਸ ਜਿੱਤੇ ਬਿਜ਼ਨਸ ਆ ਜਾਂਦਾ ਉੱਥੇ ਤੁਹਾਨੂੰ ਪਤਾ ਲੱਗ ਜਾਂਦਾ ਕਿ ਇਹ ਕੋਰਸ ਆਪਣਾ ਬਿਜ਼ਨਸ ਦੇ ਰਿਲੇਟਡ ਹੈ ਇਹ ਟੈਕਨੋਲੋਜੀ ਦੇ ਰਿਲੇਟਡ ਨਹੀਂ ਹੈਗਾ ਇਹ ਇੰਜੀਨੀਅਰਿੰਗ ਦੇ ਰਿਲੇਟਡ ਨਹੀਂ ਹੈਗਾ ਜਿਸ ਕੋਰਸ ਨੂੰ ਆਪਾਂ ਪੰਜਾਬੀ ਦੇ ਵਿੱਚ ਬੀਬੀਏ ਵੀ ਕਹਿ ਸਕਦੇ ਹਾਂ ਸੋ ਦੋ ਕੋਰਸ ਇਸ ਯੂਨੀਵਰਸਿਟੀ ਦੇ ਵਿੱਚ ਐਸ ਟਾਈਮ ਅਵੇਲੇਬਲ ਹੈ ਹੁਣ ਜਿਹੜੀ ਆਪਾਂ ਗੱਲ ਕਰਾਂਗੇ ਸਭ ਤੋਂ ਪਹਿਲਾਂ ਟਿਊਸ਼ਨ ਫੀਸ ਦੀ 9000 ਯੂਰੋ ਨਹੀਂ ਸੋਰੀ 8000 ਯੂਰੋ ਇਸ ਯੂਨੀਵਰਸਿਟੀ ਦੇ ਵਿੱਚ ਬੈਚਲਰ ਦੀ ਟਿਊਸ਼ਨ ਫੀਸ ਆਊਗੀ ਜੇ ਆਪਾਂ 1 ਸਾਲ ਦੀ फीस पे ਕਰਦੇ ਆ ਫਿਰ ਆਪਾਂ ਨੂੰ अर्ली वर्ड स्कॉलरशिप ਮਿਲਦੀ ਹੈ अर्ली वर्ड स्कॉलरशिप ਕੀ ਹੁੰਦੀ ਹੈ ਜਿਸ ਸਕਾਲਰਸ਼ਿਪ ਦੇ ਵਿੱਚ ਆਪਣੀ ਫੀਸ 8000 ਹੈ ਉਹ 8000 ਦੇ ਵਿੱਚੋਂ 1500 ਯੂਰੋ ਆਪਾਂ ਘੱਟ ਕਰਕੇ ਭੇਜਣਾ 6500 ਯੂਰੋ ਹੁਣ ਜੇ ਆਪਾਂ 6500 ਯੂਰੋ ਨੂੰ ਕੈਲਕੂਲੇਟ ਕਰਗੇ ਇਹ ਮੇਰੇ ਹਿਸਾਬ ਨਾਲ ਸਿਰਫ 5 ਲੱਖ 85000 ਹੀ ਬੰਦ ਹੈ ਨੀਅਰਬਾਊਟ 6 ਲੱਖ ਰੁਪਏ ਤੱਕ ਲਾਓ ਛੇ ਲੱਖ ਰੁਪਏ ਸੇ ਤੁਹਾਡੀ 1 ਸਾਲ ਦੀ ਫੀਸ ਆਊਗੀ ਬੈਚਲਰ ਦੀ ਅਲਾਤਬੀਆ ਵਗੈਰਾ ਕੰਟਰੀ ਦੇ ਵਿੱਚ ਵੀ 4-4 ਲੱਖ ਤੱਕ 42-4200 ਯੂਰੋ ਤੱਕ ਫੀਸ ਆ ਜਾਂਦੀ ਹੈ ਠੀਕ ਹੈ अर्ली ਬਰਡਸ ਸਕਾਲਰਸ਼ਿਪਸ ਤੁਹਾਨੂੰ ਮਿਲ ਚੁਗੀ ਫੁੱਲ ਟਾਈਮ ਕੋਰਸ ਹੈ 4 ਸਾਲ ਦੀ ਤੁਹਾਨੂੰ ਏ ਯੂਨੀਵਰਸਿਟੀ ਦੇ ਵਿੱਚ ਡਿਗਰੀ ਮਿਲੇਗੀ ਹੁਣ ਆਪਾਂ ਕੀ ਸਿਸਟਮ ਹੈ ਕਿ ਆਪਾਂ ਜਦੋਂ ਆਪ ਅਪਲਾਈ ਕਰਨਾ ਸੋ ਜਦੋਂ ਆਪ ਅਪਲਾਈ ਕਰਨਾ ਹੈ ਅਪਲਾਈ ਕਰਨ ਵੇਲੇ ਆਪਾਂ ਅਪਲਾਈ ਕਰਾਂਗੇ ਜੁਆਇੰਟ ਐਪਲੀਕੇਸ਼ਨ ਜੁਆਇੰਟ ਐਪਲੀਕੇਸ਼ਨ ਕੀ ਹੁੰਦਾ ਜੁਆਇੰਟ ਐਪਲੀਕੇਸ਼ਨ ਹੁੰਦਾ ਹੈ ਕਿ ਆਪਾਂ ਇੱਕ ਫਾਰਮ ਫਿਲ ਕਰਨਾ ਹੈ ਸਟੱਡੀ ਇਨਫੋ ਤੇ ਜਾ ਕੇ ਇਸ ਫਾਰਮ ਨੂੰ ਜਿਸ ਫਾਰਮ ਦੇ ਵਿੱਚ ਚਾਰ ਯੂਨੀਵਰਸਟੀਆਂ ਮਤਲਬ ਕਿ 6 ਯੂਨੀਵਰਸਟੀਆਂ 6 ਡਿਫਰੈਂਟ ਟਾਈਪ ਆਫ ਕੋਰਸ ਆਪਾਂ ਚੂਜ਼ ਕਰ ਸਕਦੇ ਹਾਂ ਇੱਕ ਫਾਰਮ ਐਪਲੀਕੇਸ਼ਨ ਫਾਰਮ ਜਿਸ ਵਿੱਚ ਡਿਫਰੈਂਟ ਟਾਈਪ ਆਫ ਯੂਨੀਵਰਸਿਟੀ ਐਂਡ ਕੋਰਸ ਤੁਸੀਂ ਚੂਜ਼ ਕਰ ਸਕਦੇ ਹੋ ਮਤਲਬ ਕਿ ਛੇ ਯੂਨੀਵਰਸਿਟੀ ਦੇ ਅਲੱਗ-ਅਲੱਗ ਕੋਰਸ ਨੂੰ ਤੁਸੀਂ ਸਿਲੈਕਟ ਕਰ ਸਕਦੇ ਹੋ ਪਰ ਸਾਰੀਆਂ ਯੂਨੀਵਰਸਿਟੀਆਂ ਦੇ ਵਿੱਚ UAS ਦਾ ਇਗਜ਼ਾਮ ਹੋਣਾ ਜ਼ਰੂਰੀ ਹੈ ਹੁਣ UAS ਕੀ ਹੁੰਦਾ ਹੈ ਇਹ UAS ਦਾ ਇਗਜ਼ਾਮ ਹੈ ਯੂਨੀਵਰਸਿਟੀ ਆਫ ਅਪਲਾਈਡ ਸਾਇੰਸ ਜਿਸ ਦੇ ਵਿੱਚ ਇੱਕ ਨੋਰਮਲ ਇੰਟਰਨੈਸ਼ਨਲ ਲੈਵਲ ਦਾ ਇਗਜ਼ਾਮ ਹੁੰਦਾ ਹੈ ਰੀਜ਼ਨਿੰਗ ਰੀਡਿੰਗ ਇਸ ਦੇ ਵਿੱਚ ਐਥੀਕਲ ਸਕਿੱਲ ਆਉਂਦੇ ਆ ਇੰਗਲਿਸ਼ ਆਉਂਦੀ ਹੈ ਐਡਵਾਂਸ ਮੈਥ ਹੁੰਦਾ ਹੈ ਮੈਥਮੈਟਿਕਲ ਆਉਂਦਾ ਹੈ ਤੇ ਜੇ ਆਪਾਂ ਟੈਕਨੀਕਲ ਕੋਰਸ ਇਸ ਦੇ ਵਿੱਚ ਨਹੀਂ ਅਪਲਾਈ ਕਰਦੇ ਫਿਰ ਆਪਾਂ ਨੂੰ ਮੈਥਮੈਟਿਕਲ ਨਹੀਂ ਆਉਂਦੇ ਫਿਰ ਆਪਾਂ ਨੂੰ ਨੋਰਮਲ ਰੀਜਨਿੰਗ ਹੀ ਆ ਜਾਂਦੀ ਹੈ ਫਿਰ ਇਮੋਸ਼ਨਲ ਇਮੋਸ਼ਨਲ ਸਕਿੱਲ ਆ ਜਾਂਦੇ ਐਥੀਕਲ ਸਕਿੱਲ ਆ ਜਾਂਦੇ ਐ ਇੰਗਲਿਸ਼ ਨੋਰਮਲ ਹੁੰਦੀ ਹੈ ਇਹ ਕਿਵੇਂ ਐਗਜ਼ਾਮ ਕਲੀਅਰ ਕਰਨਾ ਹੈ ਦੇਖੋ ਇਸ ਦਾ ਕੋਈ ਸਿਲੇਬਸ ਨਹੀਂ ਬਟ ਪੈਟਰਨ ਕੀ ਕਰਨਾ ਹੈ ਕਿ ਤੁਸੀਂ ਕਿਹੜੇ ਕੋਰਸ ਚੂਜ਼ ਕਰ ਰਹੇ ਹੋ ਹੁਣ ਜਿਵੇਂ ਇਸ ਯੂਨੀਵਰਸਿਟੀ ਦੇ ਵਿੱਚ ਸਾਰੇ ਦੋਨੇ ਕੋਰਸ ਪਹਿਲਾ ਕੋਰਸ ਇੰਜੀਨੀਅਰਿੰਗ ਦਾ ਦੂਜਾ ਕੋਰਸ ਹੈਗਾ bizness ਦਾ ਹੁਣ ਇਹਨਾਂ ਦੋਨਾਂ ਕੋਰਸਾਂ ਦੇ ਵਿੱਚ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਮੈਥ ਹੋਊਗਾ ਫਿਰ ਤੁਹਾਨੂੰ ਇੱਕ ਐਡਵਾਂਸਡ ਮੈਥ ਹੋਊਗਾ ਸੋ ਇਹਨਾਂ ਕੋਰਸਾਂ ਨੂੰ ਤੁਸੀਂ ਇਜ਼ੀਲੀ ਮਤਲਬ ਕਿ ਐਗਜ਼ਾਮ ਨੂੰ ਕਲੀਅਰ ਕਰਨ ਵਾਸਤੇ ਤੁਸੀਂ ਯੂਨੀਵਰਸਿਟੀ ਚੂਜ਼ ਕਰੋਗੇ ਜਿਹੜੀ ਯੂਨੀਵਰਸਿਟੀ ਦੇ ਵਿੱਚ ਹਿਮਨਿਟੀਜ਼ ਦੇ ਕੋਰਸ ਹੋਣਗੇ ਆਰਟਸ ਦੇ ਰਿਲੇਟਡ ਸੋ ਕਿਹੜੇ ਕਿਹੜੇ ਯੂਨੀਵਰਸਿਟੀ ਹੈ ਉਹਨਾਂ ਵਾਸਤੇ ਵੀਡੀਓ ਲੈ ਕੇ ਆਉਂਗਾ ਮੈਂ ਸੋ ਆਪਾਂ ਆਰਟਸ ਦੇ ਕੋਰਸ ਕਰਨੀ ਹੈ ਇਹ ਨਰਸਿੰਗ ਦਾ ਕੋਰਸ ਲੈਣਾ ਫਿਰ ਵੀ ਤੁਹਾਨੂੰ ਕਿਹੜੇ ਕਿਹੜੇ ਜਿਵੇਂ ਸੀਫਾ ਸੀਫਾਰਿੰਗ ਦਾ ਹੁੰਦਾ ਕੋਰਸ ਇਸੇ ਤਰ੍ਹਾਂ ਲੱਗਣਾ ਕੋਰਸ ਹੁੰਦੀ ਹੈ ਸੋ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਦੱਸਿਆ ਕਿ ਛੇ ਡਿਫਰੈਂਟ ਟਾਈਪ ਆਫ ਯੂਨੀਵਰਸਿਟੀ ਦੇ ਵਿੱਚ ਅਪਲਾਈ ਕਰ ਸਕਦੇ ਆ ਤੇ ਜਿਹੜਾ ਯੂਈਐਸ ਦਾ ਐਗਜ਼ਾਮ ਹੈ ਏ ਦਾ ਰਿਜ਼ਲਟ 31 ਮਈ 2024 ਨੂੰ ਆਊਗਾ ਤੇ ਇਹ ਇਸ ਤੋਂ ਬਾਅਦ ਜੇ ਇਨ ਕੇਸ ਸਟੂਡੈਂਟ ਕਈ ਵਾਰ ਕੀ ਹੁੰਦਾ ਜੀ ਐਡਮਿਟ ਨਹੀਂ ਹੁੰਦਾ ਜੇ ਕਈ ਵਾਰ ਸਟੂਡੈਂਟ ਨੂੰ ਐਡਮਿਟ ਨਹੀਂ ਕੀਤਾ ਜਾਂਦਾ ਕਈ ਵਾਰ ਕੀ ਹੁੰਦਾ ਤੁਹਾਡਾ ਐਗਜ਼ਾਮ ਵਧੀਆ ਹੋਇਆ ਐਗਜ਼ਾਮ ਕਲੀਅਰ ਹੋ ਗਿਆ ਪਰ ਤੁਹਾਡਾ ਐਡਮਿਸ਼ਨ ਲੈਟਰ ਨਹੀਂ ਆਉਂਦਾ ਉਹ ਸਿਚੁਏਸ਼ਨ ਦੇ ਵਿੱਚ ਯੂਨੀਵਰਸਿਟੀ ਤੁਹਾਨੂੰ ਵੇਟਿੰਗ ਲਿਸਟ ਵਿੱਚ ਰੱਖ ਦਿੰਦੀ ਹੈ ਸੋ ਵੇਟਿੰਗ ਲਿਸਟ ਦਾ ਕੋਈ ਐਸਾ ਸੋਲੂਸ਼ਨ ਨਹੀਂ ਕਿੰਨਾ ਟਾਈਮ ਲੱਗੂ ਕਿਉਂਕਿ ਵੇਟਿੰਗ ਲਿਸਟ ਦਾ ਮਤਲਬ ਹੈ ਕਿ ਥੋੜੀ ਥਾਂ ਕਿਸੇ ਹੋਰ ਸਟੂਡੈਂਟ ਨੇ ਐਡਮਿਸ਼ਨ ਲਈ ਹੋਈ ਹੈ ਇਨ ਕੇ ਸਟੂਡੈਂਟ ਨੇ ਫੀਸ ਨਹੀਂ ਪੇ ਕੀਤੀ ਇਨ ਕੇ ਸਟੂਡੈਂਟ ਨੇ ਕਹਤਾ ਮੈਂ ਨਹੀਂ ਜਾਣਾ ਫਿਰ ਉਹਨਾਂ ਸਟੂਡੈਂਟ ਦੀ ਥਾਂ ਤੇ ਤੁਹਾਨੂੰ ਐਡਮਿਸ਼ਨ ਮਿਲ ਜਾਊਗੀ ਸੋ ਕਈ ਵਾਰ ਤੁਹਾਨੂੰ ਤੁਹਾਡੀ ਫਾਈਲ ਨੂੰ ਰਜ਼ਰਵ ਦੇ ਕੋਟੇ ਤੇ ਰੱਖ ਸਕਦਾ ਪਰ ਉਹਦੇ ਵਿੱਚ ਕੋਈ ਸ਼ੋਰ ਨਹੀਂ ਹੁੰਦਾ ਪਰ ਉਹ ਰੱਖ ਸਕਦੇ ਆ ਇਹ ਚੀਜ਼ ਨੂੰ ਕੋਈ ਇੱਕ ਰੀਜ਼ਨ ਨਹੀਂ ਹੈ ਕਿ ਕਿੰਨਾ ਟਾਈਮ ਲੱਗੂ ਕਿੰਨਾ ਨਹੀਂ ਹੁਣ ਆਪਣੀ ਗੱਲ ਆਊਗੀ ਵੀ ਜੇ ਮੇਰੀ ਫੀਸ ਮੈਂ ਸਾਰੀ ਫੀਸ ਪੇ ਕਰਤੀ ਬੈਚਲਰ ਦੀ ਫੀਸ 8000 ਹੈ ਮਾਸਟਰ ਦੀ ਫੀਸ 9000 ਹੈ ਜੇ ਇਨ ਕੇਸ ਮੇਰਾ ਵੀਜ਼ਾ ਰਿਜੈਕਟ ਹੋ ਜੇ ਸਭ ਤੋਂ ਪਹਿਲਾਂ ਤਾਂ ਇਹ ਹੈ ਕਿ ਫਿਨਲੈਂਡ ਦੇ ਵਿੱਚ ਤੁਹਾਡੇ ਪਾਸਪੋਰਟ ਦੀ ਵੀਦਾਂ ਨਹੀਂ ਲੱਗਦਾ ਇਹਦੇ ਵਿੱਚ ਰੈਜ਼ਿਡੈਂਸੀ ਕਾਰਡ ਹੁੰਦਾ ਹੈ ਜੇ ਰੈਜ਼ਿਡੈਂਸੀ ਕਾਰਡ ਤੁਹਾਡਾ ਰਿਜੈਕਟ ਹੋ ਜਾਂਦਾ ਹੈ ਤਾਂ ਤੁਹਾਡੀ ਸਾਰੀ ਦੀ ਸਾਰੀ ਫੀਸ ਰਿਫੰਡੇਬਲ ਹੈ ਇਨ ਕੇਸ ਤੁਸੀਂ ਕਲਾਸਾਂ ਆਪਣੀਆਂ ਆਨਲਾਈਨ ਅਟੈਂਡ ਕੀਤੀਆਂ ਫਿਰ ਉਹ ਜਿੰਨਾ ਟਾਈਮ ਤੁਸੀਂ ਆਨਲਾਈਨ ਕਲਾਸ ਅਟੈਂਡ ਕੀਤੀ ਹੈ ਇੱਕ ਸਮੈਸਟਰ ਹੈ ਜਿੰਨਾ ਟਾਈਮ ਵੀ ਹੈ ਫਿਰ ਤੁਹਾਡਾ ਉਨੇ ਟਾਈਮ ਦੀ ਫੀਸ ਕੱਟ ਕੇ ਆਉਗੀ ਇਹ ਮੈਂ ਤੁਹਾਨੂੰ ਪਹਿਲਾਂ ਕਲੀਅਰ ਕਰਦਾ ਕਿ ਸਾਰੇ ਮੈਂ ਕਿਸੇ ਨੂੰ ਲਾਲਚ ਦੇ ਕੇ ਫਸਾ ਲਓ ਮੁੜ ਕੇ ਕਹਦੇ ਜੀ ਆ ਚੀਜ਼ ਨਹੀਂ ਹੁੰਦੀ ਇਹ ਰੂਲ ਹਰ ਇੱਕ ਨੂੰ ਪਹਿਲਾਂ ਦੱਸਣੇ ਜ਼ਰੂਰੀ ਆ ਕਈਆਂ ਨੂੰ ਰੂਲ ਨਹੀਂ ਪਤਾ ਹੁੰਦਾ ਫਿਰ ਕਹਿੰਦੇ ਜੀ ਤੁਸੀਂ ਦੱਸਿਆ ਨਹੀਂ ਸਾਨੂੰ ਸੋ ਇਹ ਗੱਲਾਂ ਪਹਿਲਾਂ ਕਲੀਅਰ ਕਰਕੇ ਅਸੀਂ ਚੱਲਦੇ ਹਾਂ ਉਸ ਤੋਂ ਬਾਅਦ ਕਿੰਨਾ ਫੰਡ ਚਾਹੀਦਾ ਜਿਵੇਂ ਕਿ ਹੁਣ ਨੀਅਰ ਅਬਾਊਟ 6750 ਯੂਰੋ ਮੰਗਦੇ ਨੇ ਫੰਡ 6750 ਯੂਰੋ ਫੰਡ ਮੰਗੇ ਸੀਗੇ 6750 ਯੂਰੋ ਨੀਰ ਬਾਊਟਰ 7 ਲੱਖ ਰੁਪਏ ਮੰਗਿਆ ਹੈ migri migri.fi ਇੱਕ ਰੈ residency ਕਾਰਡ ਜਦੋਂ ਆਪਾਂ ਅਪਲਾਈ ਕਰਨ ਸੋ ਕਿਸੇ ਵੀ ਫੰਡ ਦੇ ਰਿਗਾਰਡਿੰਗ ਆਪ ਨੂੰ ਇਨਫੋਰਮੇਸ਼ਨ ਚਾਹੀਦੀ ਹੈ ਰੈ residency ਕਾਰਡ ਬਾਰੇ ਇਨਫੋਰਮੇਸ਼ਨ ਚਾਹੀਦੀ ਹੈ ਸੋ ਤੁਸੀਂ migri .com ਤੋਂ ਤੁਸੀਂ ਵਿਜ਼ਿਟ ਕਰ ਸਕਦੇ ਹੋ ਜਿਹੜੇ ਆਲ ਬੈਚਲਰ ਜਿੰਨੇ ਵੀ ਬੈਚਲਰ ਵਾਲੇ ਸਟੂਡੈਂਟ ਨੇ ਸਾਰੇ ਬੈਚਲਰ ਵਾਲੇ ਸਟੂਡੈਂਟ ਨੂੰ ਯੂਐਸ ਦਾ ਐਗਜ਼ਾਮ ਦੇਣਾ ਪਊ ਦੂਜੀ অপਸ਼ਨ ਸੈਟ ਆਪਣੇ ਮੈਨੂੰ ਨਹੀਂ ਲੱਗਦਾ ਕਿ ਸੈਟ ਦਾ ਐਗਜ਼ਾਮ ਕਲੀਅਰ ਹੁੰਦਾ ਹੈ ਕਿਉਂਕਿ ਸੈਟ ਦਾ ਐਗਜ਼ਾਮ ਨਹੀਂ ਮਾਰ ਤੇਰੇ ਬੰਦੇ ਤੋਂ ਕਲੀਅਰ ਹੁੰਦਾ ਆਪਣੇ ਤੋਂ ਨਹੀਂ ਹੁੰਦਾ ਠੀਕ ਹੈ ਕਿਉਂਕਿ ਬਹੁਤ ਘੱਟ ਸਟੂਡੈਂਟ ਹੁੰਦੇ ਆ ਤੀਜੀ অপਸ਼ਨ ਹੁੰਦੀ ਹੈ ਕਿ ਸਰਟੀਫਿਕੇਟ ਬੇਸਡ ਸਿਲੈਕਸ਼ਨ ਸਰਟੀਫਿਕੇਟ ਬੇਸਡ ਸਿਲੈਕਸ਼ਨ ਉਹਨਾਂ ਦੀ ਹੁੰਦੀ ਹੈ ਜਿਨ੍ਹਾਂ ਦੇ 90% ਜਿਨ੍ਹਾਂ ਦੇ 95% ਪਰਸੈਂਟ ਬੜੇ ਚੰਗੇ ਆ iELTS 7 ਸਕੋਰ ਆ ਆਪਣੇ ਨਹੀਂ ਹੁੰਦੇ ਨੇ ਰਹਿਣ ਦਿਓ ਤੁਸੀਂ ਸੋ ਓਨਲੀ UAS ਦਾ ਐਗਜ਼ਾਮ ਹੀ ਹੋਊਗਾ ਜਿਹੜਾ ਕਿ ਤੁਸੀਂ ਇੱਥੇ ਆਫਿਸ ਦੇ ਵਿੱਚ ਆਪਣੇ ਬਟੰਡੇਆ ਕੇ ਐਗਜ਼ਾਮ ਨੂੰ ਕੰਡਕਟ ਕਰ ਸਕਦੇ ਹੋ ਜਿੰਨੀ ਹੁੰਦੀ ਹੈ ਹੈਲਪ ਕਰਾਂਗੇ ਇਹ ਸਟੂਡੈਂਟ ਨੇ ਆਪ ਦੇਣਾ ਪੈਂਦਾ ਕਿਉਂਕਿ ਇਸ ਵਿੱਚ ਐਪ ਡਾਊਨਲੋਡ ਸਿਮੋਲ ਡਾਊਨਲੋਡ ਕਰਨਾ ਪੈਂਦਾ ਫਿਰ ਕੈਨੇਡੋਰ ਆਈਡੀ ਓਪਨ ਕਰਨੀ ਪੈਂਦੀ ਐ ਸੋੜਾ ਫੇਸ ਚੈੱਕ ਕਰਦੇ ਨੇ ਉਹ ਜੇ ਤੁਸੀਂ ਤਿੰਨ ਵਾਰ ਅਟੈਂਪਟ ਕਰਤਾ ਫਿਰ ਦੁਬਾਰਾ ਨਹੀਂ ਓਪਨ ਹੋਊਗਾ ਸੋ ਚੀਜ਼ਾਂ ਨੂੰ ਦੱਸਾਂਗੇ ਅਸੀਂ ਟਾਈਮ ਆਈ ਤੇ ਤੇ ਜਿਹੜੇ ਮਾਸਟਰ ਦੇ ਕੋਰਸ ਨੇ ਉਹ 1 ਸਾਲ ਦੇ ਹੋਣਗੇ ਬੈਚਲਰ ਦੇ ਕੋਰਸ 4 ਸਾਲਾਂ ਦੇ ਐ ਮਾਸਟਰ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਯੂਏਐਸ ਦਾ ਐਗਜ਼ਾਮ ਨਹੀਂ ਹੁੰਦਾ ਮਾਸਟਰ ਦੇ ਵਿੱਚ ਕੋਰਸ 1 ਸਾਲ ਦੇ ਐ ਸਾਰੇ ਕੋਰਸ ਇੰਗਲਿਸ਼ ਮੀਡੀਅਮ ਦੇ ਵਿੱਚ ਐ ਮਾਸਟਰ ਦੇ ਵਿੱਚ 15 ਪੁਆਇੰਟ ਲੈਣੇ ਪੈਂਦੇ ਆਪਾਂ ਨੂੰ ਕਿਸੇ ਵੀ ਅ ਕ ਪਾਸ ਹੋਣ ਵਾਸਤੇ 15 ਪੁਆਇੰਟ ਦੇ ਵਿੱਚੋਂ ਆਪਾਂ ਨੂੰ 5 ਪੁਆਇੰਟ ਲੈਣੇ ਪੈਂਦੇ ਆ ਸੋ ਇੱਕ ਤੁਸੀਂ ਆਪਣੀ ਵੀਡੀਓ ਬਣਾਉਣੀ ਐ ਇੱਕ ਵੀਡੀਓ ਤੁਸੀਂ ਅਪਲੋਡ ਕਰਨੀ ਹੈ ਜਿਸ ਦੇ ਵਿੱਚ ਇੱਕ ਰੈਜ਼ਿਊਮ ਦੀ ਤਰ੍ਹਾਂ ਤੇ ਬਣਾਉਣੀ ਹੈ ਕਿ ਮਾਈ ਨੇਮ ਇਜ਼ ਹਰਜਿੰਦਰ ਸਿੰਘ ਆਈ ऍम ਫਰੋਮ ਇਥੋਂ ਐਂਡ ਆਈ ਹੈਵ ਕੰਪਲੀਟਡ ਬੀ ਟੈਕ ਇਨ ਥਿਸ ਈਅਰ ਐਂਡ ਨਾਓ ਆਈ ਵਾਂਟ ਟੂ ਸਟੱਡੀ ਇਨ ਫਿਨਲੈਂਡ ਐਂਡ ਥੇਅਰ ਆਰ 4 ਮੈਂਬਰ ਇਨ ਮਾਈ ਫੈਮਿਲੀ ਸਾਰੀ ਡਿਟੇਲ ਉਸ ਰੈਜ਼ਿਊਮ ਦੇ ਵਿੱਚ ਦੱਸਣੀ ਹੈ ਉਹ ਜ਼ਿਆਦਾ ਰੱਟੇ ਵੱਲੋਂ ਨਹੀਂ ਬੋਲਣਾ ਜ਼ਿਆਦਾ ਫਲੂਐਂਸੀ ਨਹੀਂ ਬੋਲਣਾ ਨਾਰਮਲ ਇੱਕ ਜਰੀਏ ਨਾਲ ਗੱਲ ਕਰਨੀ ਹੈ ਵੀਡੀਓ ਨੂੰ ਡਾਊਨਲੋਡ ਕਰਨਾ ਹੈ ਉਹ ਕਿੰਨੀ ਐਮਬੀ ਦੀ ਹੋਣੀ ਚਾਹੀਦੀ ਹੈ ਤੋਂ ਕਿ ਤੁਸੀਂ ਸਾਰੀ ਵੀਡੀਓ ਨੂੰ WhatsApp ਸੈਂਡ ਕਰੋਗੇ WhatsApp ਤੇ 30 ਸਕਿੰਟ ਤੋਂ 1 ਮਿੰਟ ਤੋਂ ਉੱਪਰ ਫਾਈਲ ਨਹੀਂ ਸੈਂਡ ਹੁੰਦੀ ਸੋ ਉਸ ਵੀਡੀਓ ਨੂੰ ਤੁਸੀਂ ਕੰਪਰੈਸ ਕਰਕੇ ਥੋੜਾ ਜਿਆ ਕੰਪਰੈਸ ਕਰਕੇ ਉਹਨੂੰ ਮੇਲ ਤੇ ਫੋਰਵਰਡ ਕਰਨਾ ਫਿਰ ਉਹਨੂੰ ਅਪਲੋਡ ਹੋਊਗੀ ਦੂਜੀ ਚੀਜ਼ ਥੋੜਾ ਬੈਕਗ੍ਰਾਉਂਡ ਬਿਲਕੁਲ ਠੀਕ ਹੋਣਾ ਚਾਹੀਦਾ ਬਲਰ ਹੋ ਮਤਲਬ ਕਿ ਵਾਈਟ ਹੋਵੇ ਬਲੈਕ ਹੋਵੇ ਮਤਲਬ ਕਿ ਕਲੀਅਰ ਹੋਣਾ ਚਾਹੀਦਾ ਇਹ ਨਾ ਹੋਵੇ ਕਿ ਮਗਰ ਚਾਦਰਾ ਚੁੱਦਣਾ ਪਈਆਂ ਟਰੰਕ ਟੁੰਕ ਪਈਆਂ ਚੀਜ਼ਾਂ ਨਾ ਹੋਵੇ ਸੋ ਇਹ ਚੀਜ਼ਾਂ ਨਾਰਮਲ ਸ਼ੋਰ ਸ਼ਰਾਬਾਣਾ ਹੋਵੇ ਤੇ ਵੀਡੀਓ ਸਿੱਧੀ ਥੋੜੀ ਸਿੱਧੀ ਐਸੀ ਤਰ੍ਹਾਂ ਵੈਲਡ ਨੂੰ ਬਣਾ ਕੇ ਸਿੱਧੀ ਐਂਟਰੇਟੇਨਮੈਂਟ ਸਿੱਧੀ ਬਣਾਉਣੀ ਆ ਠੀਕ ਹੈ ਸੋ ਬਾਲਾ ਬੋਲਾ ਧਿਆਨ ਰੱਖੋ ਇਹਨਾਂ ਉਹ ਵੀ ਕਿ ਬਾਲ ਜਿਆਦਾ ਕੁਲੇ ਨੋਰਮਲ ਡਰੈਸਿੰਗ ਕਰਨੀ ਆ ਸੋ ਆਈਲੈਟਸ ਚਾਹੀਦੀ ਹੈ ਜਾਂ ਨਹੀਂ ਚਾਹੀਦੀ ਇੱਕ ਮਾਸਟਰ ਵਾਲੇ ਸਟੂਡੈਂਟ ਨੂੰ 2 ਸਾਲ ਦਾ ਵਰਕ ਐਕਸਪੀਰੀਅੰਸ ਚਾਹੀਦਾ ਬੈਚਲਰ ਤੁਸੀਂ ਜਿਹੜੀ ਫੀਲਡ ਵਿੱਚ ਕੀਤੀ ਹੈ ਉਸ ਤੋਂ ਬਾਅਦ 2 ਸਾਲ ਦਾ ਵਰਕ ਐਕਸਪੀਰੀਅੰਸ ਹੋਣਾ ਜ਼ਰੂਰੀ ਹੈ ਜੇ ਤੁਸੀਂ ਬੀਬੀਏ ਕੀਤੀ ਹੈ ਜੇ ਤੁਸੀਂ ਬੀਟੈਕ ਮਕੈਨੀਕਲ ਦੀ ਕੀਤੀ ਹੈ ਤੁਹਾਡੇ ਕੋਲ 2 ਸਾਲ ਦਾ ਵਰਕ ਐਕਸਪੀਰੀਅੰਸ ਤੁਹਾਡੀ ਫੀਲਡ ਦੇ ਰਿਲੇਟਡ ਹੋਵੇ ਉਸ ਤੋਂ ਬਾਅਦ ਆਇਲੈਟs ਪੀਟੀ एलिਜੀਬਲ ਅਕੋਰਡਿੰਗ ਹੈ ਕਿ ਯੂਨੀਵਰਸਿਟੀ ਮੰਗਦੀ ਹੈ ਜਾਂ ਨਹੀਂ ਮੰਗਦੀ ਤੁਹਾਡੇ ਕੋਲ ਡਿਗ ਹੈ ਪਰ ਜੋ ਆਇਲੈਟs ਪੀਟੀ ਦੀ ਰਿਕੁਆਇਰਮੈਂਟ ਹੈ ਉਹ 6 ਬੈਟ ਓਵਰਆਲ 6 ਮੰਗਦੇ ਹੈ ਨੋਟ ਲੈਸ 5.5 ਚ ਲੋ ਓਵਰਆਲ 6 ਹੈ ਤੇ ਪੀਟੀ ਦੇ ਵਿੱਚ 55 ਸਕੋਰ ਹੋਣੇ ਜ਼ਰੂਰੀ ਹੈ ਤੇ ਜੇ ਤੁਹਾਡੀ ਲਾਸਟ এডੂਕੇਸ਼ਨ ਇੰਗਲਿਸ਼ మీడియం ਦੇ ਵਿੱਚ ਹੈ ਤਾਂ ਤੁਸੀਂ ਐਮਓਈ ਡਾਕੂਮੈਂਟ ਆਪਣੇ ਸਾਰੇ ਡਾਕੂਮੈਂਟ ਇੰਗਲਿਸ਼ మీడియం ਦੇ ਵਿੱਚ ਸਟੱਡੀ ਕੀਤੀ ਹੈ ਫਿਰ ਤੁਸੀਂ ਐਮਓਈ ਡਾਕੂਮੈਂਟ ਨੂੰ ਅਟੈਚ ਕਰ ਸਕਦੇ ਹੋ ਤੇ ਹੋਰ ਇਸ ਦੇ ਨਾਲ ਮੇਨ ਡਾਕੂਮੈਂਟ ਇਹੀ ਨੇ ਪਾਸਪੋਰਟ ਅਕੈਡੈਮਿਕ ਡਾਕੂਮੈਂਟ ਤੇ ਲੈਂਗੁਏਜ ਰਿਕੁਆਇਰਡ ਜੇ ਤੁਹਾਡੇ ਕੋਲ ਹੈਗਾ ਤਾਂ ਅਦਰਵਾਈਜ਼ ਨਹੀਂ ਸੋ ਇਹੀ ਮੇਰੀ ਵੀਡੀਓ ਸੀ ਇੱਕ ਫਿਨਲੈਂਡ ਦੇ ਬਾਰੇ ਬੈਂਕ ਯੂਨੀਵਰਸਿਟੀ ਦੇ ਬਾਰੇ ਸੋ ਜੇ ਤੁਸੀਂ ਬਹਿਨ ਯੂਨੀਵਰਸਿਟੀ ਦੇ ਵਿੱਚ ਅਪਲਾਈ ਕਰਨਾ ਹੈ ਮਾਸਟਰ ਦੇ ਲਈ ਬੈਚਲਰ ਦੇ ਲਈ ਤੁਸੀਂ ਸਾਨੂੰ ਕਿਸੇ ਵੀ ਟਾਈਮ ਸੰਪਰਕ ਕਰ ਸਕਦੇ ਹੋ ਇਸ ਯੂਨੀਵਰਸਿਟੀ ਦੇ ਵਿੱਚ ਤੁਸੀਂ ਆਪਣੇ ਸਪਾਊਸ ਦੇ ਨਾਲ ਤੁਸੀਂ ਆਪਣੇ ਬੱਚੇ ਦੇ ਨਾਲ ਉਸੇ ਟਾਈਮ ਫਾਈਲ ਅਪਲਾਈ ਕਰ ਸਕਦੇ ਹੋ ਹੁਣ ਜਿਹੜੇ ਕੈਂਡੀਡੇਟ ਕਹਿਣਗੇ ਜੀ 3 ਮਹੀਨੇ ਪੁਰਾਣੇ ਫੰਡ ਚਾਹੀਦੇ ਐ ਸੋ ਤਿੰਨ ਤਿੰਨ ਮਹੀਨੇ ਪੁਰਾਣੇ ਫੰਡ ਨਹੀਂ ਚਾਹੀਦੇ ਸੋ ਸਭ ਤੋਂ ਪਹਿਲਾਂ ਆਪਣਾ ਐਡਮਿਸ਼ਨ ਲੈਟਰ ਲੋ ਐਡਮਿਸ਼ਨ ਲੈਟਰ ਤੋਂ ਬਾਅਦ ਫੰਡ ਸ਼ੋ ਕਰਵਾਉ ਅਸੀਂ ਕਰਵਾ ਦਾਂਗੇ ਬਟ ਉਸ ਫੰਡ ਨੂੰ ਆਪਾਂ ਇਸ ਤਰ੍ਹਾਂ ਦਿਖਾਉਣਾ ਕਿ ਤੁਹਾਡੇ ਕੋਲੇ ਫੰਡ ਕਿੱਥੋਂ ਆਏ ਕਿਵੇਂ ਆਏ ਸੋ ਆਪਾਂ ਕੋਈ ਡਾਕੂਮੈਂਟ ਬਣਵਾ ਸਕਦੇ ਹਾਂ ਕਿ ਮੈਂ ਜੀ ਆਹ ਵਿੱਚ ਆ ਕੁਝ ਵੀ ਕੀ ਉਸ ਤਰ੍ਹਾਂ ਉਸ ਚੀਜ਼ ਨੂੰ ਬਰੀ ਪ੍ਰੈਜੈਂਟ ਕਰ ਸਕਦੇ ਹਾਂ ਸੋ ਇਹ ਚੀਜ਼ ਮੈਂ ਤੁਹਾਨੂੰ ਦੱਸਤੀ ਬਾਕੀ ਤੁਹਾਡੀ ਮਰਜ਼ੀ ਹੈ ਸੋ ਫਿਨਲੈਂਡ ਦੇ ਬਾਰੇ ਕਿਸੇ ਵੀ ਤਰ੍ਹਾਂ ਦੀ ਕੋਈ ਜਾਣਕਾਰੀ ਲੈਣਾ ਚਾਹੋ ਨੇ ਤੁਸੀਂ ਸਾਨੂੰ ਕਿਸੇ ਵੀ ਟਾਈਮ ਸੰਪਰਕ ਕਰ ਸਕਦੇ ਹੋ ਸਸਤੀ ਕਾਲ